ਤੁਹਾਡਾ ਬਹੁਤ ਬਹੁਤ ਸਵਾਗਤ ਅੱਜ 8 ਅਪ੍ਰੈਲ 2022 ਤੇ 2 ਵਜੇ ਚ ਕੋਈ 7-8 ਮਿੰਟ ਰਹਿੰਦੇ ਨੇ ਬਠਿੰਡੇ ਦੀ ਅਫੀਮ ਵਾਲੀ ਗੈਲਰੀ ਕਹਿੰਦੇ ਇਹਨੂੰ ਸ਼ਾਇਦ ਕਮੇਟੀ ਦੇ ਕੋਲ ਹੈ ਹਨਾ ਤੁਹਾਨੂੰ ਪਤਾ ਪੰਜਾਬ ਨੈਸ਼ਨਲ ਬੈਂਕ ਤੋਂ ਸਿੱਧੇ ਸਿੱਧੇ ਨੂੰ ਜਾਂਦੇ ਆ ਤਾਂ ਰਾਈਟ ਸਾਈਡ ਤੇ ਜੇ ਆਪਾਂ ਉਧਰੋਂ ਆਈਏ ਤਾਂ ਆ ਇੱਕ ਮੰਦਰ ਤੁਸੀਂ ਦੇਖੋ ਕਮਾਲ ਦਾ ਮੰਦਰ ਹੈ ਜਿਹੜਾ ਉਹ ਪ੍ਰਾਚੀਨ ਦੁਰਗਾ ਮਾਤਾ ਮੰਦਰ ਹੈ ਜਿਹੜਾ ਉਹ ਬਣਾਇਆ ਆ ਦੇਖੋ ਤੁਸੀਂ ਕਿਆ ਸੋਹਣੀ ਬਿਲਡਿੰਗ ਹੈ ਜਿਹੜੀ ਉਹ ਬਣਾਈ ਗਈ ਹੈ ਮੂਰਤੀ ਸਥਾਪਨਾ ਜਿਹੜੀ ਹੋਣੀ ਹੈ ਉਹ 10 ਤਰੀਕ ਨੂੰ ਵੈਸੇ ਹੋਣੀ ਹੈ 10 ਤਰੀਕ ਨੂੰ ਮੂਰਤੀ ਸਥਾਪਨਾ ਹੋਣੀ ਹੈ ਤੇ ਪਰ ਇਹ ਹੁੰਦਾ ਵੀ ਉਸ ਤੋਂ ਪਹਿਲਾਂ ਕਾਫੀ ਕੁਝ ਹੁੰਦਾ ਜਿਵੇਂ ਅੱਜ ਜੇ ਅਸੀਂ ਕਹੀਏ ਅੱਜ ਕਹਿ ਰਹੇ ਨੇ ਵੀ ਤੀਜਾ ਦਿਨ ਹੈ ਜਿਹੜੇ ਜੋ ਕੁਝ ਚੱਲ ਰਿਹਾ ਉਹਦੇ ਵਿੱਚ ਜੀ ਇਤਿਹਾਸ ਵੀ ਆਪਾਂ ਪੜ੍ਹ ਲਾਂਗੇ ਪਤਾ ਕਰ ਲਾਂਗੇ ਸਾਰਾ ਕੁਛ ਨਾ ਤਾਂ ਇਹਦੇ ਵਿੱਚ ਇਹ ਹੈ ਵੀ ਅੱਜ ਧਨ ਇਸ਼ਨਾਨ ਸ਼ੱਕਰ ਇਸ਼ਨਾਨ ਅਤੇ ਆਈ ਥਿੰਕ ਫਰੂਟ ਇਸ਼ਨਾਨ ਹੈ ਜਿਹੜਾ ਉਹ ਮੂਰਤੀਆਂ ਨੂੰ ਕਰਵਾਇਆ ਜਾਏਗਾ ਆਪਾਂ ਕਿਉਂਕਿ ਧਰਮ ਦਾ ਕੰਮ ਹੈ ਨੌਲੇਜ ਘੱਟ ਹੈ ਤਾਂ ਲੈ ਲੈਣੀ ਚਾਹੀਦੀ ਹੈ ਇਸ ਕਰਕੇ ਇਹਦਾ ਜਿਹੜਾ ਇਤਿਹਾਸ ਦੀ ਮੈਂ ਗੱਲ ਕਰਦਾ ਤਾਂ ਇਹਦੇ 'ਚ ਲਿਖਿਆ ਜੀ ਪਰਮ ਇਸ ਮੰਦਰ ਦਾ ਨਿਰਮਾਣ ਸ਼੍ਰੀ ਸੋਹਨ ਲਾਲ ਜੀ ਗੁਪਤਾ ਸਪੁੱਤਰ ਲਾਲਾ ਸ਼੍ਰੀ ਰਾਮ ਜੀ ਦਾਸ ਗੁਪਤਾ ਏਵੰ ਸ਼੍ਰੀਮਤੀ ਕ੍ਰਿਪਾ ਦੇਵੀ ਜੀ ਗੁਪਤਾ ਵ ਪਤਨੀ ਸ਼੍ਰੀਮਤੀ ਰਾਜ ਰਾਣੀ ਗੁਪਤਾ ਜੀ ਕੇ ਘਰ ਕਮਲੋ ਦੁਆਰਾ ਕੀਆ ਗਿਆ ਮੂਰਤੀ ਕੀ ਪ੍ਰਾਣ ਪ੍ਰਤਿਸ਼ਠਾ ਏਵੰ ਮੰਦਿਰ ਕੀ ਸਥਾਪਨਾ ਦਿਨਾਂਕ 10 ਅਪ੍ਰੈਲ 2022 ਦਿਨ ਰਵੀਵਾਰ ਚੈਤ੍ਰ ਸ਼ੁਕਲ ਪਕਸ਼ ਰਾਮ ਨਵਮੀ ਕੇ ਦਿਨ ਕੀ ਗਈ ਹੈ ਇਹ ਸਾਰਾ ਇਤਿਹਾਸ ਕਿਉਂਕਿ ਜਿਹੜਾ ਕੱਲ ਨੂੰ ਵੀ ਜਿਹੜੇ ਲੋਕ ਆਣਗੇ ਮੈਂ ਪੜ੍ਹਦਾ ਜੀ ਪੜ੍ਹਦਾ ਕਿਉਂਕਿ ਵਿੱਚੋਂ ਉਹ ਵੀ ਦਿਖਾਈ ਨਾ ਕਰੀ ਨਾ ਟੈਨਸ਼ਨ ਨਾ ਲਓ ਜੀ ਜੀ ਸ਼੍ਰੀ ਸੋਹਨ ਲਾਲ ਗੁਪਤਾ ਜੀ ਕੋ ਬਚਪਨ ਸੇ ਹੀ ਇਹ ਸੁਪਨਾ ਆਏ ਥੇ ਕਿ ਜਿਸ ਮੇਂ ਮਾਤਾ ਜੀ ਕੋ ਉਨਕੇ ਯਹ ਆਦੇਸ਼ ਦੇਤੀ ਥੀ ਕਿ ਪੁੱਤਰ ਕਾ ਯੇ ਕਿ ਪੁੱਤਰ ਯਹ ਮੇਰਾ ਸਥਾਨ ਹੈ ਯਹਾਂ ਮੁਝੇ ਪੁਨ ਸਥਾਪਿਤ ਕਰੋ ਸ਼੍ਰੀ ਸੋਹਨ ਲਾਲ ਗੁਪਤਾ ਜੀ ਕੋ ਸੁਪਨੋ ਮੇਂ ਯਹ ਆਭਾਸ ਹੋਤਾ ਥਾ ਕਿ ਯਹਾਂ ਇੱਕ ਬਹੁਤ ਪ੍ਰਾਚੀਨ ਮਾਤਾ ਕਾ ਮੰਦਿਰ ਹੁਆ ਕਰਤਾ ਥਾ ਜੋ ਕਿ ਹਮਲਾਵਰ ਮੁਸਲਮਾਨੋ ਔਰ ਰਾਜਪੂਤੋ ਕੀ ਲੜਾਈ ਮੇਂ ਧਵਸਤ ਹੋ ਗਿਆ ਥਾ ਮੰਦਿਰ ਕੇ ਨਿਰਮਾਣ ਕੇ ਸਮੇਂ ਖੁਦਾਈ ਕਰਤੇ ਹੋਏ ਕੁਛ ਈਂਟੇ ਮਿਲੀ ਹੈ ਜਿਨਕੇ ਉੱਪਰ ਓਮ ਸਰਪ एवं त्रिशूल के चिन्ह अंकित हैं इन ईंटों को प्राचीन ध्वस्त मंदिर के प्रमाणों के रूप में इसी मंदिर में सुरक्षित रखा हुआ है स्वप्नों के अनुसार यही पर भट्टी नामक राजपूत अपने परिवार के साथ माता जी की पूजा अर्चना के लिए आया करते थे इन्हीं भट्टी राजपूतों ने इस शहर का निर्माण कराया और इसके नाम से ही इस शहर का नाम प्रसिद्ध हुआ ये जड़ा इतने हमें लिख दिया गया उस तो बाद दो लाइना रह गया मैं वो भी पढ़ दिया जी कहते इन स्वप्नों से प्रेरित होकर डॉक्टर सोहनलाल गुप्ता जी के मन में बचपन से ही यह प्रबल इच्छा थी कि माता जी के आदेश के अनुसार मैं यहाँ पर माता जी के एक भव्य मंदिर का निर्माण करवाऊंगा जो हो गया आज ये भव्य मंदिर है जिहड़ा निर्माण हो भी गया बहुत सोहना बनाया तो ये मूर्ति स्थापना जिहड़ी है वो होनी है आज अंदर अंदर वड़दे ही एक अलग मन नूं सैटिस्फैक्शन जी मिलती बड़ा शांत जिहा हुंदा ना एक एंबियंस तुहानूं लग जांदी यार भी क्या बात जिवें तुसीं देखो ਵੀ ਹਲੇ ਇੱਥੇ ਮੂਰਤੀ ਸਥਾਪਨਾ ਸਾਰੀ ਹੋਣੀ ਹੈ ਆਹ ਮੂਰਤੀਆਂ ਪਈਆਂ ਨੇ ਜੀ ਇਹ ਦੇਖੋ ਤੁਸੀਂ ਇਹ ਹੁਣ ਦੇਖ ਰਹੇ ਹੋ ਤੁਸੀਂ ਕਾਫੀ ਮੂਰਤੀਆਂ ਨੇ ਜੀ ਇਹ ਸਾਰੀਆਂ ਰੱਖੀਆਂ ਗਈਆਂ ਕਿਉਂਕਿ ਇੱਕ ਵਿਧੀ ਹੁੰਦੀ ਹੈ ਹਮੇਸ਼ਾ ਜਿਹਦੇ ਅਨੁਸਾਰ ਇਹ ਸਾਰਾ ਕੁਛ ਹੁੰਦਾ ਇਹ ਨਹੀਂ ਕਿ ਅਸੀਂ ਲਿਆਤੀਆਂ ਅਤੇ ਰੱਖਤੀਆਂ ਕਿਉਂਕਿ ਇੱਕ ਮਰਿਆਦਾ ਜਿਹੜੀ ਹੈ ਨਾ ਉਹਦੇ ਤਹਿਤ ਹੁੰਦਾ ਹਾਂਜੀ ਇਹ ਆਹ ਤੁਸੀਂ ਦੇਖ ਲਓ ਕਾਫੀ ਮੂਰਤੀਆਂ ਨੇ ਜੀ 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 ਆਪਾਂ ਮੈਂ ਤੁਹਾਨੂੰ ਇੱਕ ਵਾਰੀ ਸਾਰਾ ਦਿਖਾ ਦਿਆਂ ਫਿਰ ਆਪਾਂ ਉਸ ਤੋਂ ਬਾਅਦ ਜੋ ਵੀ ਹੈ ਇਹ ਦੇਖ ਲਓ ਕਿੰਨੀਆਂ ਮੂਰਤੀਆਂ ਨੇ ਇੱਥੇ ਬਕਾਇਦਾ ਤੌਰ 'ਤੇ ਇਹ ਉਹ ਦੇਖੋ ਪਿੱਛੇ ਜਿਹਨੂੰ ਅਸੀਂ ਕਹਿ ਸਕਦੇ ਹਾਂ ਪੂਰਾ ਵੱਡੀਆਂ ਜਿਹੜੀਆਂ ਮੂਰਤੀਆਂ ਨੇ ਇਹ ਮਾਤਾ ਦੇ ਘਰ ਨੇ ਜੀ ਇਹ ਇੱਥੇ ਸਾਰਾ ਕੁਛ ਇੱਥੇ ਰੱਖਿਆ ਜਾਣਾ ਇਹ ਸਾਰੀਆਂ ਜਗ੍ਹਾ ਇਹ ਹੁਣ ਤੁਸੀਂ ਆਹ ਦੇਖ ਲਓ ਇੱਧਰ ਸ਼ਾਇਦ ਪੂਜਾ ਹੋਣੀ ਹੈ ਜੀ ਅੱਜ ਹੋ ਰਹੀ ਹੈ ਇਹ ਮੈਂ 2 ਮਿੰਟ ਇੱਧਰ ਲੰਘ ਜਾ ਜੀ ਤੁਸੀਂ ਇਹ ਦੇਖੋ ਪੂਰਾ ਹਰ ਚੀਜ਼ ਜਿਹੜੀ ਨਾ ਅਤੇ ਐਕਚੁਅਲ ਦੇ ਵਿੱਚ ਇਹ ਚੀਜ਼ਾਂ ਸਮਝਣ ਵਾਲੀਆਂ ਹੁੰਦੀਆਂ ਨੇ ਹੁਣ ਇਹ ਚਾਵਲਾਂ ਦੇ ਨਾਲ ਇਹ ਸ਼ਾਇਦ ਗਣੇਸ਼ ਜੀ ਬਣਾਏ ਗਏ ਨੇ ਦੇਖੋ ਤੁਸੀਂ ਸਪਾਰੀਆਂ ਰੱਖੀਆਂ ਗਈਆਂ ਨੇ ਅਲੱਗ ਅਲੱਗ ਰੰਗ ਨੇ ਜਿਹੜੇ ਉਹ ਕੀਤੇ ਗਏ ਨੇ ਚਾਵਲਾਂ ਨੂੰ ਅੱਛਾ ਇੱਕ ਇੱਧਰ ਆਓ ਬਾਓ ਜੀ ਤੁਸੀਂ
ਇਹ ਮੈਨੂੰ ਇਹ ਦੱਸੋ ਇਹ ਕੀ ਬਣਾਇਆ ਗਿਆ ਹੈ? ਚਲੋ ਉਹ ਤਾਂ ਮੈਨੂੰ ਗਣੇਸ਼ ਜੀ ਪਤਾ ਸੀਗਾ, ਇਹ ਆਹ ਜਿਹੜੀ ਇਹ ਹੈ ਜੀ 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 ਇਹ ਇਹ ਕੀ ਬਣਾਇਆ ਗਿਆ? ਇਹ ਵੀ ਥੋੜ੍ਹਾ ਪੰਡਿਤ ਜੀ ਇਹ ਕੀ ਚੀਜ਼ ਬਣਾਈ? ਉਹ ਤਾਂ ਗਣੇਸ਼ ਜੀ ਹੈ, ਪਹਿਲੇ ਜੋ ਬਣੇ ਹੋਏ ਉਹ ਗਣੇਸ਼ ਜੀ ਹੈ। ਇਹ ਮਾਤਾ ਜੀ ਹੈ। ਕੌਣ ਸੇ ਮਾਤਾ ਜੀ? ਇਹ ਮਾਤਾ ਦੇਖੀਏ, ਯਹਾਂ ਪਰ ਸਭ ਸੇ ਪਹਿਲੇ ਕਾਲੇ ਰੰਗ ਮੇ ਹੈ ਇਹ ਮਹਾਕਾਲੀ, ਫਿਰ ਲਾਲ ਰੰਗ ਮੇ ਹੈ ਮਹਾਲਕਸ਼ਮੀ, ਫਿਰ ਇਹ ਸਫੇਦ ਮੇ ਹੈ ਮਹਾਸਰਸਵਤੀ, ਔਰ ਤ੍ਰਿਗੁਣਾਤਮਿਕਾ ਸਵਰੂਪ ਹੈ ਇਹ ਮਾਤਾ ਕਾ, ਜਿਨਕੋ ਹਮ ਤ੍ਰਿਗੁਣਾਤਮਿਕਾ ਮਾਤਾ ਕਹਿਤੇ ਹੈ, ਅਰਥਾਤ ਦੁਰਗਾ ਮਾਤਾ। ਉਨਕੀ ਤੀਨੋ ਮਹਾਸ਼ਕਤੀਆਂ ਹੈ, ਮਹਾਕਾਲੀ, ਮਹਾਲਕਸ਼ਮੀ, ਮਹਾਸਰਸਵਤੀ। ਫਿਰ ਉਸਕੇ ਬਾਅਦ ਇਹ ਵਾਸਤੂ ਮੰਡਲ ਚੱਕਰ ਹੈ, ਹਮ ਹਮਾਰੇ ਜੋ ਘਰ ਆਦਿ ਹੋਤੇ ਹੈ ਉਸਮੇ ਹਮ ਵਾਸਤੂ ਸ਼ਾਂਤੀ ਆਦਿ ਕਰਵਾਤੇ ਹੈ, ਵਾਸਤੂ ਕੇ ਦੁਆਰਾ ਹੀ ਹਮਾਰੇ ਘਰੋਂ ਮੇ ਸ਼ਾਂਤੀ ਨਿਰਧਾਰਿਤ ਹੋਤੀ ਹੈ, ਤੋ ਇਹ ਵਾਸਤੂ ਚੱਕਰ ਹੈ। ਯਹਾਂ ਪਰ ਦਿਖਾਓ ਜੀ, ਵਾਸਤੂ ਚੱਕਰ ਦਿਖਾਓ ਇੱਕ ਵਾਰੀ, ਇਹੀ ਚੀਜ਼ ਅਸੀਂ ਦੇਖਣਾ, ਸੁਣੀ ਤਾਂ ਅਸੀਂ ਜਾਣਾ, ਤੁਸੀਂ ਨੇੜੇ ਆ ਸਕਦੇ ਹੋ, ਇੱਧਰ ਆ ਕੇ ਜਿਹੜੀ ਚੀਜ਼ ਅਸੀਂ ਸਾਡੇ ਦਰਸ਼ਕਾਂ ਨੂੰ ਦਿਖਾਉਣੀ ਹੈ ਨਾ, ਉਹ ਬਹੁਤ ਅਹਿਮ ਹੈ। ਇਹ ਉਹ ਚੀਜ਼ਾਂ ਨੇ, ਦੇਖੋ ਤੁਸੀਂ ਇਹ ਇਹ ਜਿਹੜਾ ਤੁਸੀਂ ਕਹਿ ਰਹੇ ਨੇ ਇਹ ਇਹ ਕੀ ਚੀਜ਼ ਹੈ ਜੀ? ਇਹ ਜਿਹੜੇ ਹੈਗੇ ਜੀ ਇਹ ਸਰਵਤੋ ਭਦਰ ਹੈ। ਹੁਣ ਆਪਾਂ ਇਹਨਾਂ ਦੇਵਤਾਵਾਂ ਦੀ ਪੂਜਾ ਕਰਦੇ ਹਾਂ, ਦੇਵਤਾ ਕਈ ਪ੍ਰਕਾਰ ਦੇ ਹੁੰਦੇ ਹੈ, ਤੇ ਜਿਹੜੇ ਦੇਵਤਾ ਰਹਿ ਜਾਂਦੇ ਹੈ ਉਹ ਸਰਵਤੋ ਭਦਰ ਮੰਡਲ ਵਿੱਚ ਆਉਂਦੇ ਹੈ, ਜਿੰਨੇ ਸਾਰੇ ਦੇਵਤਾ ਉਹਨਾਂ ਦੇ ਪੂਜਾ ਇਹਦੇ ਵਿੱਚ ਹੋਊਗਾ ਜੀ। ਪਰਲੇ ਪਾਸੇ ਜੇ ਫਿਰ ਆਹ ਆਊਗਾ, ਇਹ ਆਪਣੇ ਜਾਣਦੇ ਹੋਗੇ ਤੁਸੀਂ ਨਵਗ੍ਰਹਿ, ਜਿਹਨਾਂ ਨੂੰ ਆਪਾਂ ਜਾਣਦੇ ਹੈ ਵਿਚਾਲੇ, ਜਿਵੇਂ ਸੂਰਜ ਜੀ ਬਣੇ ਹੋਏ ਹੈ, ਫਿਰ ਉੱਤੇ ਉਹ ਕੋਨੇ 'ਚ ਚੰਦਰਮਾ, ਫਿਰ ਉਹਦੇ ਥੱਲੇ ਮੰਗਲ, ਫਿਰ ਉਸ ਕੋਨੇ 'ਚ ਬੁੱਧ, ਉਹਦੇ ਥੱਲੇ ਗੁਰੂ, ਫਿਰ ਉੱਥੇ ਵਿਚਾਲੇ ਬਣੇ ਹੋਏ ਹੈ ਸ਼ੁਕਰ, ਫਿਰ ਥੱਲੇ ਵਿਚਾਲੇ ਜਿਹੜਾ ਬਣਿਆ ਹੋਇਆ ਸ਼ਨੀ, ਫਿਰ ਜਿਹੜਾ ਇੱਧਰ ਬਣਿਆ ਹੋਇਆ ਹੈ ਕਾਲੇ ਰੰਗ ਨਾਲ ਉਹ ਹੈ ਰਾਹੂ, ਅਤੇ ਉੱਧਰ ਝੰਡਾ ਜਿਹਾ ਬਣਿਆ ਹੋਇਆ ਕਾਲੇ ਰੰਗ ਨਾਲ ਉਹ ਹੈ ਕੇਤੂ। ਮਤਲਬ ਨੌਵਾਂ ਗ੍ਰਹਿਆਂ ਦੀ ਜਿਹੜੀ ਇਹ ਸਾਰੀ ਇਹ ਪੂਜਾ ਜਿਹੜੀ ਇੱਥੇ ਹੁੰਦੀ ਹੈ, ਇਹ ਇਹ ਸਾਰਾ ਇਹ ਫਿਰ ਕਿੰਨਾ ਮੰਤਰ ਉਚਾਰਨ ਨਾਲ ਡੇਲੀ ਹੁੰਦਾ ਇੱਥੇ? ਕਿੰਨੀ ਦੇਰ ਹੁੰਦਾ? ਆ ਘੱਟੋ ਘੱਟ ਡੇਢ ਘੰਟਾ ਦੋ ਘੰਟਾ ਹੁੰਦਾ ਜੀ, ਡੇਢ ਤੋਂ ਦੋ ਘੰਟਾ ਰੋਜ਼ ਇਹਨਾਂ ਦੀ ਪੂਜਾ ਹੁੰਦੀ ਹੈ, ਸਾਰਿਆਂ ਦੀ ਇਹਨਾਂ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ, ਇਹਨਾਂ ਨੂੰ ਸਨਾਨ ਭੋਗ ਲਗਾ ਕੇ ਪੂਰੀ ਵਿਧੀਵਤ ਪੂਜਾ ਕੀਤੀ ਜਾਂਦੀ ਹੈ। ਬੀਬੀਆਂ ਭੈਣਾਂ ਨੂੰ ਬੇਨਤੀ ਹੈ ਵੀ ਦੋ ਮਿੰਟ ਜੇ ਸੁਰ ਨੀਵੇਂ ਰੱਖ ਲੈਣ ਆਪਣੇ ਤਾਂ ਜ਼ਿਆਦਾ ਚੰਗਾ। ਇਹ ਜੀ ਬੰਬੇ ਤੋਂ ਪੁਜਾਰੀ ਜੀ, ਕੀ ਨਾਮ ਤੁਹਾਡਾ ਜੀ? ਅਜੇ ਤ੍ਰਿਪਾਠੀ ਮੇਰਾ ਨਾਮ ਹੈ, ਮੈਂ ਬੰਬੇ ਸੇ ਯਹਾਂ ਪਰ ਆਇਆ ਹੁਆ ਹੂੰ। ਤ੍ਰਿਪਾਠੀ ਸਾਹਿਬ ਤੁਸੀਂ ਪੰਜਾਬੀ ਬੜੀ ਵਧੀਆ ਬੋਲਦੇ? ਨਹੀਂ ਹਿੰਦੀ ਬੋਲਦੇ ਹੈ। ਹੁਣੇ ਤਾਂ ਤੁਸੀਂ ਕਿਹਾ ਮੇਰਾ ਨਾਮ, ਮੈਨੂੰ ਲੱਗਿਆ ਮੇਰਾ ਨਾਮ ਅਜੇ ਤ੍ਰਿਪਾਠੀ ਹੈ, ਮੈਂ ਬੰਬੇ ਸੇ ਆਇਆ ਹੁਆ ਹੂੰ, ਔਰ ਯਹਾਂ ਪਰ ਹਮਾਰਾ ਪਾਂਚ ਦਿਨ ਕਾ ਮਹੋਤਸਵ ਹੈ, ਯਹਾਂ ਪਰ ਪ੍ਰਾਣ ਪ੍ਰਤਿਸ਼ਠਾ ਕਾ ਜੋ ਮਹੋਤਸਵ ਹੈ, ਹਮਾਰੇ ਮੁੱਖ ਯਜਮਾਨ ਮਾਨਨੀਯ ਡਾਕਟਰ ਸੋਹਨ ਲਾਲ ਜੀ ਗੁਪਤਾ ਦੁਆਰਾ ਇਹ ਆਯੋਜਨ ਹੋ ਰਹਾ ਹੈ। ਯਹਾਂ ਪਰ ਸਭੀ ਤਰ੍ਹਾਂ ਕੀ ਮੂਰਤੀਓਂ ਕਾ, ਜਿਤਨੇ ਬਾਰ ਹਮਾਰੇ 24 ਭਗਵਾਨ ਕੀ ਯਹਾਂ ਪਰ ਮੂਰਤੀਓਂ ਕੀ ਸਥਾਪਨਾ ਕੀ ਜਾ ਰਹੀ ਹੈ, ਤੋ ਹਮ ਲੋਕ ਬਾਂਬੇ ਸੇ ਆ ਕਰਕੇ ਯਹਾਂ ਪਰ ਪੂਰਾ ਉਨਕਾ ਪ੍ਰਾਣ ਪ੍ਰਤਿਸ਼ਠਾ ਮਹੋਤਸਵ ਜੋ ਵੀ ਇਹ ਕਾਰਜਕ੍ਰਮ ਹੈ, ਰਾਮਨੌਮੀ ਕੇ ਦਿਨ ਸਭੀ ਮੂਰਤੀਓਂ ਕੀ ਸਥਾਪਨਾ ਕੀ ਜਾਏਗੀ। ਸਭ ਸੇ ਪਹਿਲੇ ਭਗਵਾਨ ਕੋ ਯਹਾਂ ਪਰ ਜਲਾਧਿਵਾਸ ਕਰਾਇਆ ਗਿਆ, ਪੂਰੇ ਭਗਵਾਨ ਹਮਾਰੇ ਯਹਾਂ ਪਰ ਜਲ ਪਰ ਨਿਵਾਸ ਕੀਏ, ਉਸਕੇ ਬਾਅਦ ਯਹਾਂ ਪਰ ਅੰਨ ਕਾ ਵਾਸ ਕਰਾਇਆ ਗਿਆ, ਜਿਸ ਮੇ ਕਮ ਸੇ ਕਮ 50 ਕੁੰਟਲ ਅੰਨ ਲਗਾ, ਸਭੀ ਮੂਰਤੀਓਂ ਕੋ ਏਕਦਮ ਅੰਨਮਯ ਕਰ ਦਿਆ ਗਿਆ, ਸਭੀ ਮੂਰਤੀਓਂ ਕੋ ਜਲਮਯ ਕੀਆ ਗਿਆ। ਉਸੀ ਤਰ੍ਹਾਂ ਸੇ ਹਮਾਰੇ ਜੈਸੇ ਭਗਵਾਨ ਕੀ ਪ੍ਰਾਣ ਪ੍ਰਤਿਸ਼ਠਾ ਹੋਤੀ ਹੈ। ਮੈਂ ਪੁੱਛਣਾ ਚਾਹੂੰਗਾ, ਜੈਸੇ ਆਪ ਬੋਲ ਰਹੇ ਕਿ ਅੰਨਮਯ ਕੀਆ ਗਿਆ, ਅੰਨ ਉਸਕੇ ਉੱਪਰ ਪੂਰਾ ਡਾਲਾ ਗਿਆ, ਤੋ ਉਸ ਅੰਨ ਕਾ ਉਸਕੇ ਬਾਅਦ ਮੇ ਕਿਆ ਕਰਤੇ? ਉਸ ਅੰਨ ਮੇ ਜੋ ਹੈ ਉਹ ਤੋ ਗਰੀਬੋ ਕੋ ਬਾਂਟਨੇ ਕੇ ਲੀਏ ਇਸ ਮੰਦਿਰ ਮੇ ਜੈਸੇ ਪੁਜਾਰੀ ਜੀ ਰਹਤੇ ਹੈ, ਉਹ ਐਸਾ ਤੋ ਹੋਤਾ ਹੈ ਕਿ ਜੋ ਯਹਾਂ ਪਰ ਆਚਾਰਿਆ ਹੋਤਾ ਹੈ, ਜੋ ਯਹਾਂ ਪਰ ਪੂਜਾ ਪਾਠ ਕਰਾਤੇ ਹੈ, ਉਨਕੇ ਲੀਏ ਵਹ ਵਹਾਂ ਪਰ ਕੀਆ ਜਾਤਾ ਹੈ। ਤੋ ਯਹਾਂ ਪਰ ਜੋ ਅੰਨ ਹੈ, ਮੈਂ ਤੋ ਪੁਜਾਰੀ ਕਾ ਮਤਲਬ ਹਮਨੇ ਹਮਾਰੇ ਯਜਮਾਨੋਂ ਨੇ ਉਸਕੋ ਦਾਨ ਕਰ ਦਿਆ, ਔਰ ਉਸ ਦਾਨ ਕੀ ਚੀਜ਼ ਕੋ ਉਹ ਖੁਦ ਲੋਕ ਅਰਪਣ ਨਹੀਂ ਕਰਤੇ, ਕਿਉਂਕਿ ਦਾਨ ਕੀ ਹੋਈ ਚੀਜ਼ ਮਤਲਬ ਸਵਯਮ ਨਹੀਂ ਗ੍ਰਹਿਣ ਕਰ ਸਕਤੇ ਹੈ, ਤੋ ਉਸਕੋ ਦਾਨ ਹਮਨੇ ਆਚਾਰਿਆ ਕੋ ਦੇ ਦਿਆ। ਅਬ ਹਮ ਲੋਕ ਬਾਂਬੇ ਸੇ ਆਏ ਹੋਏ ਹੈ, ਤੋ ਹਮ ਲੋਕ ਯਹਾਂ ਸੇ ਲੈ ਜਾਣਾ ਸੰਭਵ ਨਹੀਂ ਹੈ, ਤੋ ਯਹੀ ਹੈ ਕਿ ਯਹਾਂ ਪਰ ਜਿਤਨੇ ਗਰੀਬ ਲੋਕ ਹੈ ਇਸ ਮੰਦਿਰ ਕੇ ਪੁਜਾਰੀ ਜੋ ਯਹਾਂ ਪਰ ਠਹਿਰੇਂਗੇ ਉਹ ਯਹਾਂ ਪਰ ਉਸਕਾ ਪ੍ਰਸਾਦ ਲੇ, ਔਰ ਹਮਾਰੇ ਭਕਤਗੜ ਜੋ ਵੀ ਹੈ ਹਮ ਲੋਕ ਆਪਣੀ ਸਵੇੱਛਾ ਸੇ ਉਨਕੋ ਯਥਾ ਸ਼ਕਤੀ ਪ੍ਰਸਾਦ ਵੀ ਦਾਨ ਦੇਂਗੇ। ਕਿਤਨੇ ਲੋਕ ਆਪ ਬੰਬੇ ਸੇ ਆਏ? ਬੰਬੇ ਸੇ ਹਮ ਲੋਕ ਦੋ ਲੋਕ ਆਏ ਹੈ, ਹਾਂਜੀ। ਬਾਕੀ ਹਮਾਰੇ ਵਿਦਿਆਰਥੀ ਸਭ ਯਹਾਂ ਪਰ ਪ੍ਰਾਚੀਨ ਦੁਰਗਾ ਮਾਤਾ ਮੰਦਿਰ ਸੇ ਲਾਏ ਹੋਏ ਹੈ, ਕਾਲੀ ਮਾਤਾ ਮੰਦਿਰ ਸੇ। ਜੀ ਬਿਲਕੁਲ, ਗੁਰੂ ਕੁਲ ਜੀ ਬਿਲਕੁਲ, ਉੱਥੋਂ ਇਹ ਸਾਰੇ ਆਏ ਨੇ। ਤੁਸੀਂ ਇਹ ਦੇਖੋ, ਉਹ ਕਹਿੰਦੇ ਹੁੰਦੇ ਨੇ ਵੀ ਇੱਕ ਨੁਕਤੇ ਕੇ ਹੇਰ ਫੇਰ ਸੇ ਖੁਦਾ ਸੇ ਜੁਦਾ ਬਣਾ ਦਿਆ। ਵੈਸੇ ਅਸੀਂ ਪੱਥਰਾਂ ਦੀ ਗੱਲ ਕਰਦੇ ਹਾਂ, ਅਸੀਂ ਉਹ ਲੋਕ ਹਾਂ, ਇਹ ਤੁਸੀਂ ਦੇਖੋ ਇਹਨਾਂ 'ਚ ਜਿਹਨੂੰ ਪ੍ਰਾਣ ਪ੍ਰਤਿਸ਼ਠਾ ਜਿਹੜੀ ਹੈ ਨਾ, ਇਸੇ ਨੂੰ ਅਸੀਂ ਰੱਬ ਮੰਨਦੇ ਹਾਂ ਫਿਰ, ਹੈ ਨਾ। ਇਹ ਜਦੋਂ ਇਹਦੀ ਪ੍ਰਾਣ ਪ੍ਰਤਿਸ਼ਠਾ ਹੋ ਜਾਣੀ, ਸੰਗੇ ਮਰਮਰ ਦੀ ਮੇਰਾ ਖਿਆਲ ਸਾਰਾ ਕੁਛ ਬਣਿਆ ਹੋਇਆ ਜੀ, ਅਤੇ ਇਹ ਕਿੱਥੋਂ ਲਿਆਂਦੀਆਂ, ਕਿੱਥੋਂ ਨੇ ਬ੍ਰਦਰ? ਜੈਪੁਰ ਤੋਂ ਆਈਆਂ ਸਾਰੀਆਂ ਜੀ, ਟੋਟਲ ਜੈਪੁਰ ਤੋਂ ਆਈਆਂ, ਉਹ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਲਿੱਤੀਆਂ ਗਈਆਂ, ਬਹੁਤ ਹੈਵੀ ਹੈ,
देखो ये माता दी मूर्ति जी 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 ये स्थापना दुर्गा प्राचीन दुर्गा माता मंदिर इस मंदिर का नाम है मेन मूर्ति शेरां वाली माता दी इत्थे स्थापना होनी है और एक मूर्ति का वजन 2.5 to 3 quintal दे विच है। सच मैं बाहरों भी पढ़िया सी भी इट्टा निकलिया इतों कुछ ओ प्लीज मैं कहना वह भी दर्शन आप करवा दिए सारे संगतान जी कि जो असी इतने नीम खोदी इतने इस जगह की तो वो सानू इट्टा मिलिया जेडे कि इट्टा के उपर त्रिशूल ओम सर्प उस टाइप के बने हुए आप देख सकते हैं जी तुसी ये देखो बड़ा ध्यान नाल देखो क्लोज करो इनू ये देखो जी ओम इस इट दे उपर ओम दा बनया हुआ चिन्ह देखो जी एक अद्धी आप इट होर चुक के भी देखिए होर की बनया उहदे ते जी देखो यही गल हुंदी है कि त्रिशूल इस इट दे उपर त्रिशूल बनया हुआ जी अलग अलग किसी ते ओम लिखे है किसी ते त्रिशूल बने है क्योंकि जो सुपना उन्होंने आया सीगा ओम ओम एक होर इट ते एक किनिया टोटल किनिया इटा निकले जे तो 11 जी 11 हाँ जी ओके ये कोई सर्प टाइप बनया हुआ जी भी ओदे नाल ही रिलेटेड है सारे ओम त्रिशूल सर्प ओदा करके बिल्कुल ये देखो ये पवित्र इटा जड़िया 11 इट्टा जड़िया ने यह बनिया हुई पईयां ने जी इत्थे एक आ भी एक वक्री चीज़ है जी तुसी भी देखो ये भी बिकॉज जेनू असी इस तरह देखिए किस एंगल तो देखिए बट है जिस तरह बाऊ जी ने गल की उस चीज़ नाल रिलेट किया गया प्रॉपर ओम जड़ा जे असी इस तरीके नाल लिया जाए आ लिखे आदि शक्ति की जी आप गल करते होने ना शेरां वाली माता की मूर्ति की स्थापना होनी है ये राधा कृष्ण की मूर्ति की स्थापना होनी है ये राम दरबार मूर्ति की स्थापना। अच्छा आ जी चीज़ बनाई गई वुडन है ये वुडन है टोटल का टोटल वर्क हैंडमेड है जोड़ा कि इतें ही हो सारा काम यह टोटल का टोटल जी ये भी स्पैशली बाहरों आए हो ये बंदे राजस्थान तो जी राजस्थानी बहुत वधिया काम करते हैं जी देखो बहुत उमदा कारीगरी है जी ना राजस्थानी तो सिख साडे मुसलमान भरा ये वो लोग ने जड़े इस कामां दे विच माहिर ने हर पासे प्राचीन दुर्गा माता मंदिर दे विच मेरा ख्याल ये बाऊ जी ने सत श्री अकाल ये तुहाडा जड़ा योगदान है इस मंदिर नूं बनाउण दे विच ਤੁਹਾਨੂੰ ਕਦੋਂ ਲੱਗਿਆ ਕਿ ਮੈਂ ਇਦਾਂ ਕੁਛ ਕਰਨਾ ਹੈ ਮੈਂ ਬਚਪਨ ਦੀ ਗੱਲ ਹੈ ਛੋਟਾ ਜਿਹਾ ਸਾਡੇ ਪਿਤਾ ਜੀ ਦੇ ਪੈਰ 'ਚ ਚੋਟ ਲੱਗੀ ਸੀ ਮਕਾਨ ਬਣਾਉਂਦੇ ਵਕਤ ਸਾਡੇ ਘਰ ਦੇ ਵਿੱਚ ਛੋਟੀ ਮੋਟੀ ਬਿਮਾਰੀ ਆਈ ਰਹਿੰਦੀ ਸੀ ਔਰ ਬਿਜ਼ਨਸ 'ਚ ਘਾਟਾ ਪੈਂਦਾ ਰਹਿੰਦਾ ਸੀ ਮੈਨੂੰ ਇੱਕ ਸੁਪਨਾ ਜਿਹਾ ਆਉਂਦਾ ਹੁੰਦਾ ਸੀਗਾ ਕਿੰਨੇ ਸਾਲ ਤੁਹਾਨੂੰ ਸੁਪਨਾ ਉਹ ਆਈ ਗਿਆ ਵੀ ਮਾਤਾ ਜੀ ਕਹਿ ਰਹੇ ਨੇ ਅੰਦਾਜ਼ਾ ਇਹ ਹੈ ਜੀ ਮੈਂ ਦੱਸਦਾ ਕਿ ਮੈਂ ਮੇਰੀ ਉਮਰ ਉਦੋਂ ਮੈਂ 7th-8th ਪੜ੍ਹਦਾ ਹੋਵਾਂਗਾ 8th ਪੜ੍ਹਦਾ ਸੀ ਉਦੋਂ ਪਿਤਾ ਜੀ ਦੀ ਡੈਥ ਹੋ ਗਈ ਸੀ ਤਾਂ 6th-7th ਪੜ੍ਹਦਾ ਹੋਊਂਗਾ ਤਾਂ ਮੈਂ ਪਿਆ ਸੁੱਤੇ ਪਿਆ ਨੂੰ ਰਾਤ ਨੂੰ ਇੱਕ ਵੱਡੀ ਉਮਰ ਦੀ ਇਸਤਰੀ ਸਾਡੀ ਇੱਕ ਅਲਮਾਰੀ 'ਚੋਂ ਨਿਕਲਦੀ ਕਮਰੇ ਦੀ ਅਲਮਾਰੀ 'ਚੋਂ ਔਰ ਮੇਰੇ ਪਿੱਠ 'ਤੇ ਛੜੀ ਨਾਲ ਮਾਰਦੀ ਹਲਕਾ ਹਲਕਾ ਮੈਂ ਆਪਣੇ ਮਾਤਾ ਜੀ ਨੂੰ ਪੁੱਛਿਆ ਵੀ ਮੈਨੂੰ ਕਿਉਂ ਮਾਰਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਮਾਰਦੀ ਨਹੀਂ ਇਹ ਤਾਂ ਦੁਰਗੇ ਮਈਆ ਹੈ ਇਹ ਆ ਕੇ ਤੈਨੂੰ ਸ਼ਾਬਾਸ਼ੀ ਦਿੰਦੀ ਹੈ ਤੂੰ
कुछ करेगा, मैं की करूँगा। तो फिर मैं कुछ सपने आया करते, जिस बहुत बड़ा मैदान है उसे, उस हाथी चंगाड़ रहे हैं, जंग हो रही है, हिंदुओं के झंडे मुसलमानों के झंडे, और उस उसे एक नहर है, नहर च राजपूत राजे रानियां राजकुमार ये किले जो उन्होंने महल हैं उतों किश्तियां बैठ के मंदिर च पूजा वास्ते आते हैं। फिर पूजा होंगी है मंदिर च, मंदिर गिरिया होया ढाया होया नजर आता है। तो माता कहती है कि इत्थे थोड़े घर च बीमारी नहीं जानी, थोड़ा कोई बाला लाभ नहीं होना, ये छड़ के इत्थे मेरा मंदिर बनाओ, मेरी स्थापना करो, ये मेरा स्थान है। तो उदों मैं मेरे मन च आया कि मैं इसे मंदिर बनावा। पिता जी की डैथ हो गई सी, मैं अठवीं सी, तो मैं ये गल माता जी कोले कही। तो उदों तो ये लगे भी वो जो मेरी छड़ी मारा करती सी वो कई बार आई मेरी छड़ी मारी, याद कराते रहे तो हाँ बनाओ मंदिर बनाओ। हाँ तो माता जी कहते रहे भी ये सिर्फ तेन शाबाश दे इसी दे रहे हैं कि तैं बनाने का मन बनाया है कि मंदिर बनाना है। तो जो असी ये मन बनाया उदों तो ही साड़ी तरक्की बहुत होने लगी। असी भाई सारे पढ़ लिख के डॉक्टर बन गए, साड़ी चंगी कमाई होने लग गई। मैं बंबई च रह गया, उसे बड़ी तरक्की की थी। ते मैं मेरे मन च हर वक्त ही रह गया मंदिर बनाना है। मैं दो तीन बारी इतने आया मंदिर बनाने वास्ते, लेकिन कुछ लोगों ने अड़चना पैदा की। अच्छा एक मिनट दसो, इस जगह तो पहला थोड़ा घर सी कि किवें ये जगह सी? ये एक बहुत बड़ा हादसा सी। ओके। वो दा एक हिस्सा सारे पिता जी ने मुल ले लिया सी। ओके। वो बनया होया सी थोड़ा बहुत, कुछ पिता जी ने बना लिया तो घर बन गया। ते ये असी उसे रहन लग पे। तो ये जो सपने दे विच असी मैदान देखते सीगे, बहुत बड़ा मैदान, वो बहुत पहला दी गल है जी। उदों बठिंडे नूं बनाया बनाया सीगा पट्टी राजपूतां ने जी, इस करके नाम बठिंडा पै गया। इन्ने 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 साल लग गए तुहानूं, तुसी 7-8 सालां दे सी उदों जदों वो तुहानूं आशीर्वाद दे रही सी माता जी? मैं छीवीं सतवीं पढ़दा सी। हाँ जी, छीवीं सतवीं पढ़दा सी, तो समझो भी 10-11 साल का हूँ। हूँ तुहाडी एज 82 ज़्यादा ही होनी? हूँ तो मैं 88 दे करीब हाँ। 88 वाहिगुरू तुहाडी उम्र हो बहुत ज़्यादा लंबी करे, इदां दे काम तुसीं करदे रहो। इन्ने साल 70 साल लग गए ये मंदिर बनाने नूं, की मुश्किल आ रही सी? कुछ लोगों को ऐतराज़ सी भी इसे मंदिर ना बने, वो कहते सी भी इत्थे मंदिर बनेगा सानू डिस्टर्बेंस होगी। तो मैं बंबई तो कई बार आया सी इत्थे, महीना महीना रहा सी मंदिर बनाने वास्ते, लेकिन बना नहीं सकिया। फिर मैं आन जान जोगा रहा नहीं, तो मैं मेरी बेटे नूं कहा
कि बेटा ये मंदिर बनाना है, मेरे होंदे बन जाए चंगा है, मैं बनिया देखना चाहना। हाँ जी बनिया देख लिया। हाँ जी कितना लग रहा है? बड़ा अच्छा लग रहा है। मन शांति मिली कोई? मन कह नहीं सकता है। कुछ देखो मन है कि इतने एक मंदिर है ता एक ज्ञानी पंडित हो गए जिहड़ा धर्म नू ग्रंथां नू पूरी तरह जानता हो, विद्वान हो। जब तक रह जा ज्ञानी पंडित नहीं मिलता इतने नहीं आता, तद तक मन पूरी तसली नहीं हो सकती। ਵੱਡੇ ਹੋ ਤੁਸੀਂ ਜਦੋਂ ਤੁਸੀਂ ਐਡਾ ਵੱਡਾ ਕੰਮ ਕਰਤਾ ਮੰਦਿਰ ਬਣਾਤਾ ਤਾਂ ਗਿਆਨੀ ਵੀ ਆ ਜਾਏਗਾ? ਇਹ ਮੇਰੇ ਹੱਥ 'ਚ ਸੀ ਜੀ, ਮੈਂ ਜੇਬ 'ਚੋਂ ਕੱਢ ਕੇ ਲਗਾਉਣਾ ਸੀ। ਗਿਆਨੀ ਪੰਡਿਤ ਹੈ ਉਹ ਆਊ ਨਹੀਂ ਆਊ, ਗਿਆਨੀ ਹੋਊ ਜਾਂ ਲਾਲਚੀ ਹੋਊ। ਦੇਖੋ ਪਤਾ ਕੀ ਹੈ ਜੀ, ਤੁਹਾਨੂੰ ਸਮੱਤ ਦਿੱਤੀ ਮਾਤਾ ਰਾਣੀ ਨੇ, ਉਹਨੇ ਆਪ ਆ ਕੇ ਕਿਹਾ ਵੀ ਚੱਲ ਹਾਂਜੀ ਮੇਰਾ ਮੰਦਰ ਬਣਾਓ। ਮਹਾਮਾਈ ਨੇ ਤੁਹਾਨੂੰ ਇਸ ਕਾਬਲ ਬਣਾ ਤਾ ਕਿ ਤੁਸੀਂ ਅੱਜ ਮੰਦਰ ਬਣਾਇਆ, ਇਹ ਮਹਾਮਾਈ ਆਪ ਕਰਵਾ ਰਹੀ ਹੈ ਸਾਰਾ ਕੁਛ, ਅਤੇ ਉਹਨੇ ਗਿਆਨੀ ਪੰਡਿਤ ਵੀ ਭੇਜ ਦੇਣਾ, ਤੁਸੀਂ ਟੈਨਸ਼ਨ ਨਾ ਲਵੋ। ਉਹ ਮਹਾਮਾਈ ਨੇ ਸਾਰਾ ਕੁਛ ਕੀਤਾ ਨਾ, ਅਤੇ ਉਹਨੇ ਇਹ ਆਪਣੇ ਆਪ ਕਰ ਦੇਣਾ। ਸੋ ਇਸ ਕਰਕੇ ਦੇਖੋ ਗੱਲ ਕੀ ਹੈ ਕਿ 88 ਸਾਲਾਂ ਦੇ ਬਾਊ ਜੀ ਹੋ ਗਏ ਨੇ, ਕੋਈ ਵੀ ਕੰਮ ਕਰਨ ਲੱਗਿਆ ਟਾਈਮ ਲੱਗਦਾ, ਅਤੇ ਚੰਗਾ ਕੰਮ ਕਰਨ ਲੱਗਿਆ ਤਾਂ ਹੋਰ ਵੀ ਜ਼ਿਆਦਾ ਟਾਈਮ ਲੱਗਦਾ। ਇਸ ਕਰਕੇ ਜਿਸ ਤਰ੍ਹਾਂ ਬਾਊ ਜੀ ਦੱਸ ਰਹੇ ਨੇ ਵੀ ਮੇਰੀ ਬੜੀ ਸੋਚ ਸੀ ਕਿ ਯਾਰ ਮੈਂ ਇਹ ਮੰਦਰ ਬਣਵਾਵਾਂ, ਠੀਕ ਹੈ ਇਹ ਮੰਦਰ ਨੋ ਡਾਊਟ, ਤੁਸੀਂ ਜਦੋਂ ਇੱਥੇ ਆਓਗੇ ਦੇਖੋਗੇ ਮਨ ਨੂੰ ਇੱਕ ਸ਼ਾਂਤੀ ਮਿਲਦੀ ਹੈ। ਹਾਲੇ ਤਾਂ ਤੁਸੀਂ ਦੇਖੋ ਵੀ ਪ੍ਰਾਣ ਪ੍ਰਤਿਸ਼ਠਾ ਨਹੀਂ ਹੋਈ ਮੂਰਤੀਆਂ ਦੀ, ਹੈ ਨਾ, ਅਤੇ ਜਦੋਂ ਇੱਥੇ ਵਾਸ ਹੋ ਜਾਏਗਾ ਦੇਵੀ ਦੇਵਤਿਆਂ ਦਾ ਤਾਂ ਤੁਸੀਂ ਦੇਖੋ ਉਸ ਵੇਲੇ ਇੱਥੇ ਜਿਹੜਾ ਸਕੂਨ ਮਿਲੇਗਾ ਉਹ ਕੀ ਹੋਏਗਾ, ਇਹ ਜਦੋਂ ਤੁਸੀਂ ਇੱਥੇ ਆਓਗੇ ਉਦੋਂ ਹੀ ਮਹਿਸੂਸ ਕਰੋਗੇ, ਅਤੇ ਉਦੋਂ ਹੀ ਮੈਨੂੰ ਇਹ ਲੱਗਦਾ ਵੀ ਇਹ ਵੀ ਮਹਿਸੂਸ ਕਰਨਗੇ ਕਿ ਵਾਕਈ ਯਾਰ ਜਿਹੜਾ ਮਹਾਮਾਈ ਮੈਨੂੰ ਕਹਿੰਦੀ ਹੁੰਦੀ ਸੀ ਵੀ ਕਾਕਾ ਜੀ ਚਲੋ ਬਣਾਓ ਮੰਦਰ ਅੱਜ ਬਣਾਇਆ, ਤਾਂ ਲੋਕ ਜਿਹੜੇ ਨੇ ਇੱਥੋਂ ਆ ਕੇ, ਹਾਂ ਇਹ ਚਿੰਤਾ ਜਿਹੜੀ ਹੈ ਵੀ ਇੱਕ ਗਿਆਨੀ ਪੰਡਿਤ ਇੱਥੇ ਆ ਜਾਣ ਤਾਂ ਉਹ ਜਿਹੜਾ ਸੁਨੇਹਾ ਚੰਗਾ ਸੁਨੇਹਾ ਜਿਹੜਾ ਮਾਤਾ ਦੇਣਾ ਚਾਹੁੰਦੀ ਹੈ ਉਹ ਜ਼ਰੂਰ ਦੇਵੇ। ਅਤੇ ਆਪਾਂ ਵੀ ਕੋਸ਼ਿਸ਼ ਕਰਦੇ ਹਾਂ, ਅਰਦਾਸ ਕਰਦੇ ਹਾਂ ਮਹਾਮਾਈ ਦੇ ਦਰਬਾਰ 'ਚ ਕਿ ਚਲੋ ਇੱਦਾਂ ਦਾ ਇੱਕ ਗਿਆਨੀ ਪੰਡਿਤ ਵੀ ਦੇ ਦਿਓ ਜਿਹੜਾ ਸਾਡੇ ਵਰਗੇ ਬੇਵਕੂਫ ਲੋਕਾਂ ਨੂੰ ਅਕਲ ਦੇ ਸਕਣ, ਸਮਝਾ ਸਕਣ ਵੀ ਇਹ ਜਿਹੜੇ ਧਰਮ ਹੁੰਦੇ ਨੇ, ਇਹ ਗ੍ਰੰਥ ਹੁੰਦੇ ਨੇ, ਇਹ ਕਦੀ ਸਾਨੂੰ ਲੜਨ ਵਾਸਤੇ ਨਹੀਂ ਕਹਿੰਦੇ, ਇੱਕ ਦੂਸਰੇ ਦਾ ਮਾੜਾ ਕਰਨ ਵਾਸਤੇ ਨਹੀਂ ਕਹਿੰਦੇ, ਸਾਨੂੰ ਇਹ ਕਹਿੰਦੇ ਹੈ ਕਿ ਇੱਕ ਦੂਸਰੇ ਦੇ ਹੋ ਕੇ ਰਹੋ। ਕੋਸ਼ਿਸ਼ ਕਰੀਏ ਕਿ ਅਸੀਂ ਇੱਕ ਦੂਸਰੇ ਦੇ ਹੋ ਕੇ ਰਹੀਏ, ਅਤੇ ਵੱਡਿਆਂ ਤੋਂ ਇਹ ਸਾਡੇ ਬਜ਼ੁਰਗ ਨੇ, ਇਹਨਾਂ ਦਾ ਆਸ਼ੀਰਵਾਦ ਨਾਲ ਲਈਏ, ਸ਼ਾਇਦ ਸਾਨੂੰ ਵੀ ਕੋਈ ਸੋਝੀ ਆ ਜਾਵੇ। ਪਰ ਇਸ ਮੰਦਰ 'ਚ ਆਇਓ ਜ਼ਰੂਰ ਮੇਰੇ ਵੀਰ, ਬੜਾ ਮਜ਼ਾ ਆਉਂਦਾ, ਦਰਸ਼ਨ ਕਰੋ ਮਹਾਮਾਈ ਦੇ ਆ ਕੇ, ਜੀਵਨ ਸਫਲ ਹੋਏਗਾ। ਤਾਂ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।